ਸਤਿ ਸ਼੍ਰੀ ਅਕਾਲ ਦੇਖ ਰਹੇ ਹੋ ਤੁਸੀਂ ਜਸ ਟੀਵੀ ਮੈਂ ਹਾਂ ਨੀਲਮ ਸੈਣੀ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲ ਕਰਨੀ ਬਣਦੀ ਹੈ ਨਾਲ ਮੇਰੇ ਮੌਜੂਦ ਨੇ ਸੀਨੀਅਰ ਜਰਨਲਿਸਟ ਸੁਨੀਲ ਰੁਦਰਾ ਸਰ ਸਵਾਗਤ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਨੀਲ ਜੀ ਅਸੀਂ ਗੱਲ ਕਰਾਂਗੇ ਅੱਜ ਡਿਸਕਸ਼ਨ ਕਰਾਂਗੇ ਜਿਹਨਾਂ ਮੁੱਦਿਆਂ ਤੇ ਉਹਨਾਂ ਬਾਰੇ ਮੈਂ ਬਾਅਦ 'ਚ ਦੱਸਾਂਗੀ ਪਹਿਲਾਂ ਆਪਣੇ ਵਿਊਵਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੇ ਉਹ ਸਾਡਾ ਪ੍ਰੋਗਰਾਮ ਪਸੰਦ ਕਰਦੇ ਨੇ ਆਪਣਾ ਫੀਡਬੈਕ ਦੇ ਸਕਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਨੇ ਯੂਟਿਊਬ 'ਤੇ ਇਸ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪੈਣਾ ਹੈ ਸੋ ਸਬਸਕ੍ਰਾਈਬ ਕਰੋ ਜਲਦੀ ਜਲਦੀ ਸਾਡਾ ਚੈਨਲ ਸੋ ਸੁਨੀਲ ਅੱਜ ਅਸੀਂ ਗੱਲ ਕਰਾਂਗੇ ਸਿਆਸਤ ਦੇ ਜੋ ਮੁੱਦੇ ਨੇ ਉਹਨਾਂ 'ਤੇ ਗੱਲ ਕਰਾਂਗੇ ਕਾਂਗਰਸ ਦਾ ਜੋ ਕਾਟੋ ਕਲੇਸ਼ ਪਿਛਲੇ ਕਾਫੀ ਦਿਨਾਂ ਤੋਂ ਜਾਰੀ ਹੈ ਮੀਟਿੰਗਾਂ ਹੋ ਚੁੱਕੀਆਂ ਨੇ ਦਿੱਲੀ ਦੇ ਵਿੱਚ ਹਾਈਕਮਾਨ ਤੱਕ ਰਿਪੋਰਟ ਵੀ ਪਹੁੰਚ ਚੁੱਕੀ ਹੈ ਕੁਛ ਦਿਨਾਂ 'ਚ ਫੈਸਲਾ ਵੀ ਆ ਸਕਦਾ ਹੈ ਇਸ ਫੈਸਲੇ ਤੋਂ ਪਹਿਲਾਂ ਕਈ ਕੁਛ ਹੋ ਰਿਹਾ ਹੈ ਸੁਖਪਾਲ ਖਹਿਰਾ ਜੋ ਹੁਣੇ ਹੁਣੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਉਹ ਅੱਜ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਨੇ ਸੋ ਰਾਹੁਲ ਗਾਂਧੀ ਨਾਲ ਮੀਟਿੰਗ ਸੁਖਪਾਲ ਖਹਿਰਾ ਦੀ ਜੋ ਹੋਈ ਨੇ ਕੀ ਮਾਇਨੇ ਨੇ ਇਸ ਮੀਟਿੰਗ ਦੇ ਇਸ 'ਤੇ ਅਸੀਂ ਗੱਲ ਕਰਾਂਗੇ ਜੇ ਕਾਂਗਰਸ ਦੇ ਵਿੱਚ ਕਲੇਸ਼ ਚੱਲ ਰਿਹਾ ਤਾਂ ਕਲੇਸ਼ ਪੰਜਾਬ ਬੀਜੇਪੀ ਦੇ ਵਿੱਚ ਵੀ ਸ਼ੁਰੂ ਹੋ ਚੁੱਕਿਆ ਹੈ ਅਨਿਲ ਜੋਸ਼ੀ ਜੋ ਕਿ ਸੀਨੀਅਰ ਆਗੂ ਨੇ ਪੰਜਾਬ ਬੀਜੇਪੀ ਦੇ ਹਰਜੀਤ ਗਰੇਵਾਲ ਦੇ ਨਾਲ ਉਹਨਾਂ ਦਾ ਜੋ ਬਿਆਨਬਾਜ਼ੀ ਦੀ ਲੜਾਈ ਹੈ ਉਹ ਜਾਰੀ ਹੈ ਇਸ 'ਤੇ ਵੀ ਅਸੀਂ ਗੱਲ ਕਰਾਂਗੇ ਟੀਚਰਸ ਬਹੁਤ ਜ਼ਿਆਦਾ ਪਰੇਸ਼ਾਨ ਨੇ ਕੱਚੇ ਜੋ ਟੀਚਰਸ ਨੇ ਜੋ ਪਿਛਲੇ ਕਈ ਸਾਲਾਂ ਤੋਂ 3,000 3,500 ਜਾਂ 6,000 ਦੀ ਤਨਖਾਹ 'ਤੇ ਕੰਮ ਕਰ ਰਹੇ ਨੇ ਉਹ ਮੋਹਾਲੀ ਦੇ ਵਿੱਚ ਡੇਰਾ ਪਾ ਕੇ ਬਹਿ ਗਏ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇੱਥੋਂ ਨਹੀਂ ਹਟਾਂਗੇ ਸੋ ਇਹ ਮੁੱਦੇ ਨੇ ਜਿਨ੍ਹਾਂ 'ਤੇ ਅੱਜ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸੁਨੀਲ ਪੰਜਾਬ ਕਾਂਗਰਸ ਦੀ ਖਬਰ 'ਤੇ ਆਉਂਦੇ ਹਾਂ ਸੁਖਪਾਲ ਖਹਿਰਾ ਜੋ ਕੁਛ ਹੀ ਦਿਨ ਪਹਿਲਾਂ ਜਦੋਂ ਇਹ ਪੰਜਾਬ ਦਾ ਪੂਰਾ ਕਲੇਸ਼ ਚੱਲ ਰਿਹਾ ਸੀ ਉਸ ਦੌਰਾਨ ਸੁਖਪਾਲ ਖਹਿਰਾ ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਸ਼ਾਮਿਲ ਹੋ ਜਾਂਦੇ ਨੇ ਉਸ ਮੀਟਿੰਗ ਤੋਂ ਬਾਅਦ ਅੱਜ ਰਾਹੁਲ ਗਾਂਧੀ ਦੇ ਨਾਲ ਸੁਖਪਾਲ ਖਹਿਰਾ ਦੀ ਮੀਟਿੰਗ ਹੁੰਦੀ ਹੈ ਕੀ ਮਾਇਨੇ ਨੇ ਇਸ ਮੀਟਿੰਗ ਦੇ ਦੇਖੋ ਪਹਿਲੀ ਗੱਲ ਤਾਂ ਮੈਂ ਆਵਾਂਗਾ ਕਿ ਕਾਂਗਰਸ ਦਾ ਕਾਟੋ ਕਲੇਸ਼ ਜਿਹੜੇ ਤੁਸੀਂ ਸ਼ੁਰੂਆਤ ਕੀਤੀ ਹੈਗੀ ਹੈ ਉਸ ਤੋਂ ਬਾਅਦ ਮੈਂ ਥੋੜ੍ਹਾ ਖਹਿਰਾ ਤੇ ਆਵਾਂਗਾ ਕਿ ਇਸ ਜਿਹੜੀ ਸ਼ੁਰੂਆਤ ਦਾ ਆਧਾਰ ਬਣਿਆ ਉਹ ਕੈਪਟਨ ਸਾਹਿਬ ਤੇ ਤੋਂ ਸ਼ੁਰੂ ਹੋਇਆ ਹੈਗਾ ਵਾ ਕੈਪਟਨ ਸਾਹਿਬ ਸ਼ੁਰੂ ਤੋਂ ਡਿਕਟੇਟਰਸ਼ਿਪ ਜਿਹੜੀ ਹੈ ਪਾਰਟੀ ਦੇ ਵਿੱਚ ਚਲਾਉਂਦੇ ਨੇ ਪਾਰਟੀ ਦੇ ਵਿੱਚ ਲੋਕਤੰਤਰ ਹੈ ਨਹੀਂ ਹੈਗਾ ਮਿਲਦੇ ਕਿਸੇ ਨੂੰ ਹੈ ਨਹੀਂ ਮੰਤਰੀਆਂ ਨੂੰ ਨਹੀਂ ਮਿਲਦੇ ਉਹਨਾਂ ਨੇ ਆਪਣੇ ਚਹੇਤੇ ਇੱਕ ਦੋ ਰੱਖੇ ਰਾਣਾ ਸੋਢੀ ਵਗੈਰਾ ਰੱਖੇ ਹੋਏ ਹੈਗੇ ਉਹਨਾਂ ਨੂੰ ਮਿਲਦੇ ਨੇ ਉਹਨਾਂ ਦੀ ਗੱਲਬਾਤ ਹੁੰਦੀ ਸਾਰੀ ਦਿਹਾੜੀ ਉਹਨਾਂ ਨੇ ਬੈਠਦੇ ਨੇ ਸ਼ਾਮ ਨੂੰ ਵੀ ਬੈਠਦੇ ਨੇ ਅਤੇ ਉਹ ਤੋਂ ਸਿਵਾਏ ਕੋਈ ਬੰਦਾ ਮਿਲਣ ਜਾਣਾ ਹੋਵੇ ਤਾਂ ਉਹਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਹੈਗੇ ਆ ਠੀਕ ਹੈ ਕਿਤੇ ਫੀਲਡ ਦੇ ਵਿੱਚ ਤੁਸੀਂ ਨਿਕਲਦੇ ਨਹੀਂ ਪਏ ਸਾਰੇ ਨਿਰਣੇ ਜਿਹੜੇ ਆ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਤੁਸੀਂ ਪੰਜਾਬ ਦੇ ਲੈਣੇ ਪਏ ਹੈਗੇ ਹੋ ਤਾਂ ਜਨਤਾ ਬਾਹਰ ਰੁਲਦੀ ਪਈ ਹੈਗੀ ਆ ਇੱਥੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਜਦੋਂ ਬਗਾਵਤੀ ਸੁਰ ਨਵਜੋਤ ਸਿੰਘ ਸਿੱਧੂ ਦੇ ਸ਼ੁਰੂ ਹੋਏ ਔਰ ਸਿੱਧੂ ਨੇ ਦੇਖੋ ਜਦੋਂ 2019 ਦੇ ਵਿੱਚ ਕਲੇਸ਼ ਪਿਆ ਜਦੋਂ ਆਪਣਾ ਰਿਜ਼ਾਈਨ ਕੀਤਾ ਮਿਨਿਸਟਰੀ ਤੋਂ ਉਹਨੂੰ ਇਹ ਸੀਗਾ ਕਿ ਕੈਪਟਨ ਸਾਹਿਬ ਹੁਣ ਮੇਰੀ ਗੱਲ ਸੁਣਨਗੇ ਬਿਲਕੁਲ ਠੀਕ ਹੈ ਪਰ ਉਹਨਾਂ ਨੇ ਉਹਦੀ ਕੋਈ ਪਰਵਾਹੀ ਨਹੀਂ ਕੀਤੀ ਹਾਰ ਕੇ ਹੁਣ ਦੇਖੋ ਹੁਣ ਇਲੈਕਸ਼ਨ ਸਿਰ ਤੇ ਨੇ ਇਹ ਸਹੀ ਸਮਾਂ ਹੈ ਜਿਹੜਾ ਸਿੱਧੂ ਨੇ ਚੁਣਿਆ ਹੈਗਾ ਕਿ ਇਸ ਵਕਤ ਜਿਹੜਾ ਉਹਨੇ ਸਟ੍ਰਾਈਕ ਕੀਤੀ ਹੈਗੀ ਆ ਉਹਦੇ ਹਿਸਾਬ ਨਾਲ ਨਿਰਣੇ ਲਿੱਤਾ ਗਿਆ ਜੇ ਸੁਖਪਾਲ ਖਹਿਰਾ ਦੀ ਆਮਦ ਹੋਈ ਹੈਗੀ ਆ ਇਹ ਕਦੇ ਵੀ ਨਹੀਂ ਹੋ ਸਕਦਾ ਸੀ ਕੈਪਟਨ ਸਾਹਿਬ ਸੁਖਪਾਲ ਖਹਿਰਾ ਨੂੰ ਲੈ ਲੈਂਦੇ ਕਿਉਂ ਪਹਿਲੇ ਸੁਖਪਾਲ ਖਹਿਰਾ ਉਹ ਬੰਦਾ ਜਿਹਨੇ ਸਿੱਧੂ ਤੋਂ ਵੀ ਜ਼ਿਆਦਾ ਸਖ਼ਤ ਭਾਸ਼ਾ ਜਿਹੜੀ ਇਸਤੇਮਾਲ ਕੀਤੀ ਕੈਪਟਨ ਸਾਹਿਬ ਦੇ ਅਗੇਂਸਟ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਤੁਸੀਂ ਉਸ ਬੰਦੇ ਨੂੰ ਲੈ ਰਹੇ ਹੈਗੇ ਆ ਉਹਦਾ ਮਕਸਦ ਸਿਰਫ ਇੱਕੋ ਹੈ ਕਿ ਜਿਹੜਾ ਬੰਦਾ ਹੁਣ ਉੱਭਰਦਾ ਹੈਗਾ ਵਾ ਉਹਨੂੰ ਥੱਲੇ ਕਰਨ ਲਈ ਕੋਈ ਕੋਸ਼ਿਸ਼ ਕਰੋ ਉੱਦਾਂ ਦਾ ਬੰਦਾ ਹੋਰ ਖੜਾ ਕਰਨ ਦੀ ਬਿਲਕੁਲ ਤੇ ਅੱਜ ਜਿਹੜੀ ਖਹਿਰੇ ਨਾਲ ਮੁਲਾਕਾਤ ਹੋਈ ਹੈ ਉੱਥੇ ਜੋਗਿੰਦਰ ਸਿੰਘ ਕਮਾਲੂ ਵੀ ਗਏ ਸੀ ਪਰਮਲ ਸਿੰਘ ਵੀ ਗਏ ਸੀਗੇ ਉੱਥੇ ਉਹ ਉਹਨਾਂ ਨੂੰ ਇਹ ਤਸੱਲੀ ਦੇਣ ਲਈ ਸੀ ਕਿਉਂਕਿ ਖਬਰਾਂ ਆ ਰਹੀਆਂ ਸੀ ਸਿੱਧੂ ਜਿਹੜੇ ਹੈ ਉਹ ਬਣ ਰਹੇ ਹੈਗੇ ਆ ਡਿਪਟੀ ਚੀਫ ਮਿਨਿਸਟਰ ਇਹ ਵਾਲੀਆਂ ਖਬਰਾਂ ਆ ਰਹੀ ਸੀ ਉਹਨਾਂ ਨੂੰ ਮਹੱਤਵਪੂਰਨ ਅਹੁਦਾ ਦਿੱਤਾ ਜਾ ਰਿਹਾ ਇਹਦੇ ਕਰਕੇ ਜਿਹੜੇ ਬੰਦੇ ਆਏ ਨੇ ਉਹਨਾਂ ਨੂੰ ਤਕਲੀਫ ਸੀ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਅਸੀਂ ਛੋਟੇ ਹੋ ਜਾਵਾਂਗੇ ਖਾਸ ਕਰ ਖਹਿਰਾ ਨੂੰ ਇਸ ਕਰਕੇ ਉਹਦੀ ਤਸੱਲੀ ਕਰਾਉਣੀ ਜ਼ਰੂਰੀ ਸੀ ਇਹ ਜਿਹੜੀ ਮੁਲਾਕਾਤ ਕਰਾਈ ਹੈਗੀ ਕੈਪਟਨ ਸਾਹਿਬ ਨੇ ਕਰਾਈ ਹੈਗੀ ਹੈ ਉਹਨਾਂ ਨੂੰ ਕਿ ਇੱਕ ਵਾਰੀ ਮਿਲਾ ਦੇਈਏ ਠੀਕ ਹੈ ਉੱਥੇ ਇਹ ਗੱਲ ਕਰਕੇ ਆਏ ਨੇ ਮੈਨੇ ਇਹੀ ਨੇ ਕਿ ਇਹਨਾਂ ਤਿੰਨਾਂ ਨੂੰ ਤਸੱਲੀ ਦੇਣੀ ਕਿ ਅਸੀਂ ਤੁਹਾਡੀ ਪੂਰੀ ਇੱਜ਼ਤ ਬਣਾਈ ਹੈਗੀ ਰਾਹੁਲ ਗਾਂਧੀ ਜਿਹੜੇ ਘੱਟ ਹੀ ਮਿਲਦੇ ਨੇ ਉਹ ਤੁਹਾਨੂੰ ਮਿਲੇ ਨੇ ਇਸ ਵਕਤ ਸੁਨੀਲ ਇਸ ਪੂਰੀ ਮੀਟਿੰਗ ਤੋਂ ਬਾਅਦ ਇੱਕ ਸਵਾਲ ਹੋਰ ਖੜੇ ਹੋ ਰਹੇ ਨੇ ਕਿ ਸੁਖਪਾਲ ਖਹਿਰਾ ਵਾਪਸ ਕਾਂਗਰਸ ਦੇ ਵਿੱਚ ਆ ਕੇ ਪਹਿਲਾਂ ਰਾਹੁਲ ਗਾਂਧੀ ਤੱਕ ਪਹੁੰਚ ਜਾਂਦੇ ਨੇ ਪਰ ਸਿੱਧੂ ਜੋ ਕਿ ਰਾਹੁਲ ਗਾਂਧੀ ਨੂੰ ਹਮੇਸ਼ਾ ਤੋਂ ਆਪਣਾ ਕੈਪਟਨ ਦੱਸਦੇ ਨੇ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਵੀ ਮੰਨੇ ਜਾਂਦੇ ਨੇ ਇਸ ਕਲੇਸ਼ ਦੌਰਾਨ ਨਾ ਤਾਂ ਰਾਹੁਲ ਗਾਂਧੀ ਨੇ ਇੱਕ ਵਾਰ ਵੀ ਉਹਨਾਂ ਨੂੰ ਬੁਲਾਇਆ ਅਤੇ ਨਾ ਹੀ ਸਿੱਧੂ ਦੀ ਪਹੁੰਚ ਰਾਹੁਲ ਗਾਂਧੀ ਤੱਕ ਹੋ ਸਕੀ ਹੈ ਦੇਖੋ ਮੈਂ ਕਹਿੰਦਾ ਹੈਗਾ ਕਿ ਨਹੀਂ ਵੀ ਬੁਲਾਇਆ ਜੀ ਪਰ ਰਾਹੁਲ ਗਾਂਧੀ ਨੂੰ ਇਹ ਗੱਲ ਕਲੀਅਰ ਹੈਗੀ ਹੈ ਉਹ ਵੀ ਦੇਖੋ ਸਿਆਸਤ ਦੇ ਵਿੱਚ ਹੈ ਉਹਦੇ ਨਾਲ ਸਲਾਹਕਾਰ ਨੇ ਹੈ ਨਾ ਟੌਪ ਦੇ ਸਲਾਹਕਾਰ ਨੇ ਉਹਦੇ ਨਾਲ
ਤੇ ਉਹਨੂੰ ਇਹ ਗੱਲ ਕਲੀਅਰ ਹੈ ਕਿ ਜੇ ਮੈਂ ਸਿੱਧੂ ਨੂੰ ਇਸ ਵਕਤ ਮਿਲਾਂਗਾ ਤੇ ਇੱਕ ਜਿਹੜਾ ਸੰਦੇਸ਼ ਕੈਪਟਨ ਦੇ ਦਿਮਾਗ 'ਚ ਜਾਏਗਾ ਕਿ ਜਿਹੜੀਆਂ ਗੱਲਾਂ ਫੀਡ ਕਰ ਰਿਹਾ ਸਿੱਧੂ ਉਹ ਰਾਹੁਲ ਗਾਂਧੀ ਦੇ ਵੱਲੋਂ ਜਿਹੜੀਆਂ ਅੱਗੇ ਕੀਤੀਆਂ ਜਾ ਰਹੀਆਂ ਹੈਗੀਆਂ ਉਹਨਾਂ ਨੇ ਸਿੱਧੂ ਨੂੰ ਆਪਣਾ ਮੂੰਹ ਬਣਾਇਆ ਹੈਗਾ ਵਾ ਠੀਕ ਹੈ ਕਿਉਂਕਿ ਕੈਪਟਨ ਸਾਹਿਬ ਵੀ ਬੜੇ ਇੱਦਾਂ ਦੇ ਸੁਰ ਜਿਹੜੇ ਆ ਰਾਹੁਲ ਗਾਂਧੀ ਨੂੰ ਤੇ ਸੋਨੀਆ ਗਾਂਧੀ ਨੂੰ ਦਿਖਾ ਚੁੱਕੇ ਨੇ ਠੀਕ ਹੈ ਨਾ ਜਦੋਂ ਰਾਹੁਲ ਗਾਂਧੀ ਪ੍ਰਧਾਨ ਬਣੇ ਸੀ ਉਦੋਂ ਵੀ ਉਹਨਾਂ ਨੇ ਇੱਦਾਂ ਦੇ ਸੁਰ ਕੱਢੇ ਸੀਗੇ ਲੋਕਤੰਤਰ ਦੇ ਬਾਰੇ ਚਾਹੇ ਆਪ ਲੋਕਤੰਤਰ ਦੇ ਵਿਸ਼ਵਾਸ ਘੱਟ ਹੀ ਉਹਨਾਂ ਨੇ ਕੀਤਾ ਹੈਗਾ ਇਸ ਕਰਕੇ ਇਹਨਾਂ ਨੂੰ ਉਸ ਨੂੰ ਮਿਲਾਉਣਾ ਜ਼ਰੂਰੀ ਸੀਗਾ ਖਹਿਰਾ ਨੂੰ ਤੇ ਉਹਨਾਂ ਨੂੰ ਗੱਲਾਂ ਕੀਤੀਆਂ ਗਈਆਂ ਕਿ ਅਸੀਂ ਜਿਹੜਾ ਇਹਨਾਂ ਨੂੰ ਮਿਲਾਉਣਾ ਇਹਨਾਂ ਕੋਈ ਇੰਪੋਰਟੈਂਟ ਮੁੱਦੇ ਨੇ ਕਿ ਇੱਕ ਤਾਂ ਉਹਨਾਂ ਨੂੰ ਸੈਟੀਸਫਾਈ ਕਰਾਉਣਾ ਹੈਗਾ ਵਾ ਇੱਕ ਇਹਨਾਂ ਕੋਈ ਇੰਪੋਰਟੈਂਟ ਮੁੱਦੇ ਨੇ ਉਹ ਮੁੱਦੇ ਜਿਹੜੇ ਆ ਇਹ ਸੀਗੇ ਕਿ ਐਨ ਆਰ ਆਈਆਂ ਦੇ ਨਾਲ ਜਿਹੜੇ ਐਨ ਆਰ ਆਈ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ ਉਹਨਾਂ ਦਾ ਸਹਿਯੋਗ ਜਿਹੜਾ ਕਾਂਗਰਸ ਨੂੰ ਲੈ ਕੇ ਦੇਣਗੇ ਇਹਨਾਂ ਦੇ ਬੜੀ ਪੈਠ ਹੈਗੀ ਹੈ ਬਿਲਕੁਲ ਸੁਖਪਾਲ ਖਹਿਰਾ ਦਾ ਬਿਆਨ ਵੀ ਜੋ ਇਸ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਹੈ ਉਹ ਐਨ ਆਰ ਆਈਜ਼ ਨੇ ਜੋ ਫੰਡ 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਉਸ ਤੋਂ ਲੈ ਕੇ ਬਹੁਤ ਵੱਡਾ ਬਿਆਨ ਸੁਖਪਾਲ ਖਹਿਰਾ ਨੇ ਦਿੱਤਾ ਹੈ ਕਿ 2017 'ਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲਈ ਐਨ ਆਰ ਆਈਜ਼ ਨੇ ਜੋ ਫੰਡ ਦਿੱਤਾ ਉਹ ਪੰਜਾਬ ਦੇ ਲੋਕਾਂ 'ਤੇ ਤਾਂ ਲੱਗਿਆ ਹੀ ਨਹੀਂ ਸਵਾਲ ਖੜਾ ਕੀਤਾ ਸੁਖਪਾਲ ਖਹਿਰਾ ਨੇ ਕਿ ਉਹ ਫੰਡ ਆਖਿਰ ਕਿੱਥੇ ਗਿਆ ਦੇਖੋ ਫੰਡ ਦੀ ਗੱਲ ਤੁਸੀਂ ਉਦੋਂ ਤੋਂ ਚੁੱਕੀ ਨਹੀਂ ਜਦੋਂ ਤੁਹਾਡੇ ਡਿਫਰੈਂਸਿਸ ਜਿਹੜੇ ਆਮ ਆਦਮੀ ਪਾਰਟੀ ਨਾਲ ਹੋਏ ਜਾਂ ਕੇਜਰੀਵਾਲ ਨਾਲ ਹੋਏ ਠੀਕ ਹੈ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਕੱਢ ਕੇ ਲਿਆਇਆ ਗਿਆ ਹੈਗਾ ਵਾ ਠੀਕ ਹੈ ਹੁਣ ਇੱਕ ਪਾਰਟੀ ਨੂੰ ਫੰਡ ਜਾਂਦੇ ਪਏ ਆ ਇਹ ਤੁਸੀਂ ਪਾਰਟੀ ਨੂੰ ਉੱਥੇ ਪੁੱਛ ਸਕਦੇ ਆ ਅੰਦਰ ਰਹਿ ਕੇ ਠੀਕ ਹੈ ਪਰ ਜਦੋਂ ਤੁਸੀਂ ਪਾਰਟੀ ਦੀ ਬੇਇੱਜ਼ਤੀ ਕਰਾਉਂਦੇ ਪਏ ਆ ਠੀਕ ਹੈ ਥਾਂ ਥਾਂ ਜਿਹੜਾ ਉਹਦੇ ਖਿਲਾਫ਼ ਬੋਲਦੇ ਪਏ ਆ ਉਦੋਂ ਤੁਸੀਂ ਉਹਨਾਂ ਨੂੰ ਇਹ ਗੱਲਾਂ ਪੁੱਛੋਗੇ ਨਹੀਂ ਤੁਸੀਂ ਆਰਾਮ ਨਾਲ ਉਸ ਮੁੱਦੇ ਨੂੰ ਵੱਡਾ ਕਰੋਗੇ ਫੁਲਾਓਗੇ ਉਹਨੂੰ ਸਾਈਡ ਤੇ ਤੇ ਮੌਕੇ ਤੇ ਉਹਨੂੰ ਇਸਤੇਮਾਲ ਕਰੋਗੇ ਬਿਲਕੁਲ ਇਹ ਮੌਕੇ ਤੇ ਸੁਖਪਾਲ ਖਹਿਰਾ ਨੇ ਇਸਤੇਮਾਲ ਕੀਤਾ ਜੋ ਐਨਆਰਆਈ ਵੋਟ ਬੈਂਕ ਨੂੰ ਆਪਣੇ ਵੱਲ ਕਾਂਗਰਸ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂ ਬਿਲਕੁਲ ਇਹੀ ਗੱਲ ਜਿਹੜੀ ਹੈ ਇਸ ਵਕਤ ਮੌਕਾ ਸੀਗਾ ਨਾਲੇ ਤਾਂ ਰਾਹੁਲ ਗਾਂਧੀ ਨਾਲ ਮੀਟਿੰਗ ਹੋ ਗਈ ਉਹਨਾਂ ਦੀ ਨਾਲੇ ਸ਼ੋਅ ਕਰ ਦਿੱਤਾ ਕਿ ਖਹਿਰਾ ਜਿਹੜਾ ਇੰਪੋਰਟੈਂਟ ਲੀਡਰ ਹੈਗਾ ਵਾ ਨੈਚੁਰਲ ਹੈ ਕਿ ਜਿਹੜਾ ਹੁਣ ਕੈਪਟਨ ਸਾਹਿਬ ਉਹਨੂੰ ਉੱਪਰ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਸਿੱਧੂ ਦਾ ਕੱਦ ਛੋਟਾ ਹੋ ਸੋ ਜੋ ਖਹਿਰਾ ਨੇ ਬਿਆਨ ਦਿੱਤਾ ਹੈ ਫੰਡ ਨੂੰ ਲੈ ਕੇ ਉਹ ਕਹਿ ਸਕਦੇ ਹਾਂ ਕਿ ਦਿੱਤਾ ਨਹੀਂ ਹੈ ਬਲਕਿ ਦਵਾਇਆ ਗਿਆ ਹੈ ਪੰਜਾਬ ਕਾਂਗਰਸ ਦੇ ਕਲੇਸ਼ ਦੀ ਤਾਂ ਸੁਨੀਲ ਅਸੀਂ ਗੱਲ ਕਰ ਹੀ ਰਹੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਕਲੇਸ਼ ਹੈ ਜੋ ਅੱਜ ਕੱਲ੍ਹ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਲੇਸ਼ ਪੰਜਾਬ ਬੀਜੇਪੀ ਦੇ ਵਿੱਚ ਵੱਧ ਗਿਆ ਹੈ ਕਿਸਾਨਾਂ ਦੇ ਮਾਮਲੇ ਨੂੰ ਲੈ ਕੇ ਬੀਜੇਪੀ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਕਹਿ ਚੁੱਕੇ ਨੇ ਕਿ ਪੰਜਾਬ ਬੀਜੇਪੀ ਦੇ ਆਗੂਆਂ ਨੇ ਕਿਸਾਨਾਂ ਦਾ ਪੱਖ ਕੇਂਦਰ ਸਾਹਮਣੇ ਦਰਅਸਲ ਸਹੀ ਤਰੀਕੇ ਨਾਲ ਰੱਖਿਆ ਹੀ ਨਹੀਂ ਮਾਸਟਰ ਮੋਹਨ ਲਾਲ ਵੀ ਉਹਨਾਂ ਦੇ ਬਿਆਨ ਦਾ ਸਮਰਥਨ ਕਰ ਚੁੱਕੇ ਨੇ ਹਰਜੀਤ ਗਰੇਵਾਲ ਨੂੰ ਇਹ ਗੱਲ ਬਹੁਤ ਜ਼ਿਆਦਾ ਚੁੱਭੀ ਹੈ ਹੁਣ ਜੋ ਬਿਆਨਬਾਜ਼ੀ ਹੈ ਉਹ ਹਰਜੀਤ ਗਰੇਵਾਲ ਅਤੇ ਅਨਿਲ ਜੋਸ਼ੀ ਦੇ ਵਿੱਚ ਆਮੋ ਸਾਹਮਣੇ ਹੋ ਰਹੀ ਹੈ ਹਰਜੀਤ ਗਰੇਵਾਲ ਦਾ ਅੱਜ ਤਾਜ਼ਾ ਬਿਆਨ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ ਉਸ ਦੇ ਵਿੱਚ ਹਰਜੀਤ ਗਰੇਵਾਲ ਕਹਿੰਦੇ ਨੇ ਕਿ ਅਨਿਲ ਜੋਸ਼ੀ ਨੂੰ ਤਾਂ ਬੀਜੇਪੀ ਦੇ ਵਿੱਚ ਖੜਾ ਕਰਨ ਵਾਲੇ ਹਰਜੀਤ ਗਰੇਵਾਲ ਨੇ ਦੇਖੋ ਹਰਜੀਤ ਗਰੇਵਾਲ ਦਾ ਜਦੋਂ ਅਨਿਲ ਜੋਸ਼ੀ ਆਇਆ ਇੰਨਾ ਕੋਈ ਕੱਦ ਸੀ ਨਹੀਂ ਕਿ ਉਹ ਇਹਨੂੰ ਖੜਾ ਕਰ ਸਕਦੇ ਠੀਕ ਹੈ ਅਨਿਲ ਜੋਸ਼ੀ ਨੂੰ ਖੜਾ ਕੀਤਾ ਹੈਗਾ ਵਾ ਉਹ ਆਰਐਸਐਸ ਦੇ ਵੱਲੋਂ ਪ੍ਰੋਜੈਕਟਡ ਲੀਡਰ ਨੇ ਉਹਨਾਂ ਨੂੰ ਜੇ ਕੋਈ ਖੜਾ ਕਰ ਸਕਦਾ ਲਕਸ਼ਮੀ ਕਾਂਤਾ ਚਾਵਲਾ ਵਰਗੀ ਲੀਡਰ ਜਿਹੜੀ ਉੱਥੇ ਸੀ ਆ ਜਦੋਂ ਸਿੱਧੂ ਉਦੋਂ ਆਏ ਸੀਗੇ ਉਦੋਂ ਇਹ ਗੱਲ ਜਿਹੜੀ ਆ ਬੜੀ ਨਿਕਲ ਕੇ ਆਈ ਸੀ ਸਿੱਧੂ ਦੇ ਚੇਲੇ ਨੇ ਇਹ ਹੈ ਨਾ ਫਿਰ ਜਦੋਂ ਸਿੱਧੂ ਦਾ ਵਿਰੋਧ ਕੀਤਾ ਉਦੋਂ ਇਹ ਗੱਲ ਆ ਰਹੀ ਸੀ ਕਿ ਸਿੱਧੂ ਦਾ ਚੇਲਾ ਹੀ ਜਿਹੜਾ ਵਾ ਉਹ ਉਹਨਾਂ ਦਾ ਵਿਰੋਧ ਕਰ ਰਿਹਾ ਹੈਗਾ ਇਹ ਖਬਰਾਂ ਛਪੀਆਂ ਠੀਕ ਹੈ ਅਸੀਂ ਇਹ ਨਹੀਂ ਕਹਿ ਸਕਦੇ ਹਰਜੀਤ ਗਰੇਵਾਲ ਦੇ ਇਸ ਬਿਆਨ ਦੇ ਵਿੱਚ ਕੋਈ ਤੱਤ ਹੈਗਾ ਵਾ ਜਾਂ ਭਾਰ ਹੈਗਾ ਵਾ ਇਹ ਬੜਾ ਹੌਲਾ ਜਿਹਾ ਬਿਆਨ ਵੈਸੇ ਵੀ ਬੜਬੋਲੇਪਣ ਦੇ ਲਈ ਹਰਜੀਤ ਗਰੇਵਾਲ ਜਾਣੇ ਜਾਂਦੇ ਨੇ ਹਾਂ ਤੇ ਇਸ ਕਰਕੇ ਜਿਹੜਾ ਮੈਂ ਨਹੀਂ ਸਮਝਦਾ ਇਸ ਬਿਆਨ ਦਾ ਕੋਈ ਹੈਗਾ ਉਹਨਾਂ ਨੂੰ ਜੋ ਅਨਿਲ ਜੋਸ਼ੀ ਨੂੰ ਵੀ ਕੋਈ ਨੋਟਿਸ ਲੈਣਾ ਚਾਹੀਦਾ ਸੀਗਾ ਪਰ ਕਿਉਂਕਿ ਚੈਨਲ ਵਾਲੇ ਆ ਉਹਨਾਂ ਦਾ ਫਰਜ਼ ਹੁੰਦਾ ਹੈਗਾ ਜੇ ਇੱਕ ਬੰਦੇ ਨਾਲ ਗੱਲ ਕੀਤੀ ਹੈ ਤਾਂ ਨੈਚੁਰਲ ਹੈ ਕਿ ਉਹਨੂੰ ਦੂਜੇ ਨਾਲ ਵੀ ਕਰਨੀ ਹੈਗੀ ਉਹਨਾਂ ਕਹਿਣਾ ਉਹ ਤਾਂ ਤੁਹਾਡੇ ਖਿਲਾਫ ਇਹ ਕਹਿੰਦਾ ਜੀ ਤੇ ਤੁਸੀਂ ਦੱਸੋ ਕੀ ਕਹਿੰਦੇ ਆ ਜੇ ਉਹ ਬੋਲੂਗਾ ਤਾਂ ਉਹਨੂੰ ਜਾ ਕੇ ਪੁੱਛਣਗੇ ਉਹਨਾਂ ਨੇ ਕਰਨੀ ਉਹਨਾਂ ਨੇ ਇਹ ਗੱਲ ਪੁੱਛੀ ਫਿਰ ਅਨਿਲ ਜੋਸ਼ੀ ਉਹਨਾਂ ਨੂੰ ਤੇ ਅਨਿਲ ਜੋਸ਼ੀ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਮੈਂ ਜਿਹੜਾ ਕਿਸਾਨਾਂ ਦੇ ਲਈ ਤੇ ਪੰਜਾਬ ਦੀ ਭਲਾਈ ਲਈ ਤੇ ਪਾਰਟੀ ਦੀ ਭਲਾਈ ਲਈ ਮੈਂ ਬਿਆਨ ਦਿੱਤਾ ਠੀਕ ਹੈ ਮੇਰਾ ਜ਼ਮੀਰ ਦੀ ਆਵਾਜ਼ ਸੀਗੀ ਕਿ ਮੈਂ ਬਿਆਨ ਦਿੱਤਾ ਕਿ ਕਿਸਾਨਾਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈਗਾ ਉਹਨਾਂ ਵੱਲ ਜਾਣਾ ਚਾਹੀਦਾ ਤੇ ਉਸ ਬਿਆਨ ਦੀ ਨਿਖੇਪੀ ਮਨੋਰੰਜਨ ਕਾਲੀਆ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਉਹਨਾਂ ਨੇ ਵੀ ਕੀਤੀ ਉਹਨਾਂ ਨੇ ਕਿਹਾ ਕਿ ਜੋਸ਼ੀ ਸਾਹਿਬ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ ਸੀ ਪਾਰਟੀ ਲੀਡਰਸ਼ਿਪ ਕਈ ਰਾਊਂਡਸ ਆਫ ਟਾਕਸ ਜਿਹੜੇ ਆ ਉਹ ਕਿਸਾਨਾਂ ਨਾਲ ਕਰ ਚੁੱਕੀ ਹੈ ਬੜੇ ਗੱਲਬਾਤ ਹੋ ਚੁੱਕੀ ਹੈ ਉਸ ਤੋਂ ਬਾਅਦ ਉਹ ਇੱਦਾਂ ਦੀ ਗੱਲ ਕਹਿ ਰਹੇ ਕਿ ਗੱਲਬਾਤ ਕਰਨੀ ਚਾਹੀਦੀ ਹੈ ਪਰ ਅਨਿਲ ਜੋਸ਼ੀ ਦਾ ਜ਼ਮੀਰ ਵੀ ਹੋਣੀ ਜਾਗਿਆ ਹੈ ਇੰਨੇ ਟਾਈਮ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਜਦੋਂ ਇਹ ਫਾਰਮ ਲਾਅਸ ਬਣਾਏ ਗਏ ਸੀ ਉਸ ਵਕਤ ਅਨਿਲ ਜੋਸ਼ੀ ਦਾ ਜ਼ਮੀਰ ਨਹੀਂ ਜਾਗਿਆ ਸੀ
ਦੇਖੋ ਇਹੀ ਤਾਂ ਗੱਲ ਹੈਗੀ ਆ ਕਿ ਹੁਣ ਜਿਹੜੀ ਪੋਜੀਸ਼ਨ ਹੈ ਉਹ ਬੜੀ ਮਾੜੀ ਨਜ਼ਰ ਆ ਰਹੀ ਹੈ ਭਾਜਪਾ ਨੂੰ, ਪੰਜਾਬ ਦੇ ਵਿੱਚ ਸਥਿਤੀ ਹੈਗੀ ਆ ਬਹੁਤ ਰੁਲੀ ਹੋਈ ਆ, ਤੇ ਉਹਨਾਂ ਨੂੰ ਇਹ ਗੱਲ ਜਿਹੜੀ ਆ ਸੋਚਣੀ ਪੈਣੀ ਕਿ ਅਸੀਂ ਕੋਈ ਨਾ ਕੋਈ ਸਟੈਪ ਕੱਢੀਏ। ਤਾਂ ਜਿਹੜੇ ਬੀਜੇਪੀ ਦੇ ਵਿੱਚ ਕੁਛ ਐਸੇ ਆਗੂ ਨੇ ਜਿਨ੍ਹਾਂ ਦੀ ਇੰਨੀ ਗਰਾਊਂਡ ਜਿਹੜੀ ਹੈ ਉਹ ਹਿੱਲ ਚੁੱਕੀ ਹੈਗੀ ਆ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕਿਸ ਬੇਸ ਤੇ ਜਾਵਾਂਗੇ। ਮਤਲਬ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਅੰਦਰੋਂ ਕਿਤੇ ਨਾ ਕਿਤੇ ਕਮਜ਼ੋਰੀ ਹੈਗੀ ਆ। ਜੇ ਅਨਿਲ ਜੋਸ਼ੀ ਦੀ ਗੱਲ ਦਾ ਸਮਰਥਨ ਕੀਤਾ ਤਾਂ ਕੇਡੀ ਭੰਡਾਰੀ ਨੇ ਵੀ ਉਹਨਾਂ ਦਾ ਸਮਰਥਨ ਕੀਤਾ, ਉਹਨਾਂ ਨੇ ਵੀ ਕਿਹਾ ਕਿ ਅਨਿਲ ਜੋਸ਼ੀ ਦੀ ਵੈਸੇ ਗੱਲ ਠੀਕ ਹੈਗੀ ਹੈ। ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੱਦਾਂ ਦੀਆਂ ਆਵਾਜ਼ਾਂ ਕੁਛ ਬੰਦਿਆਂ ਦੀ ਨਿਕਲਣਗੀਆਂ। ਬਿਲਕੁਲ ਸੁਨੀਲ ਰੁਦਰਾ, ਇਸ ਪੂਰੇ ਮਾਮਲੇ ਤੋਂ ਬਾਅਦ ਜੋ ਬੀਜੇਪੀ ਦੇ ਵਿੱਚ ਇਹ ਬਿਆਨਬਾਜ਼ੀਆਂ ਕਰਕੇ ਜੋ ਲੜਾਈ ਸ਼ੁਰੂ ਹੋਈ ਹੈ, ਜੋ ਕਲੇਸ਼ ਸ਼ੁਰੂ ਹੋਇਆ, ਇਸ ਤੋਂ ਬਾਅਦ ਇੱਕ ਗੱਲ ਦਿਮਾਗ ਦੇ ਵਿੱਚ ਹੋਰ ਆ ਰਹੀ ਹੈ, ਇੱਕ ਸਵਾਲ ਵੀ ਖੜਾ ਹੁੰਦਾ ਕਿ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਸਿਖਰਾਂ 'ਤੇ ਹੈ, ਪੰਜਾਬ ਕਾਂਗਰਸ ਇਸ ਵਕਤ ਹਾਈਪ 'ਤੇ ਚੱਲ ਰਹੀ ਹੈ, ਹਰ ਕੋਈ ਪੰਜਾਬ ਕਾਂਗਰਸ ਦੀ ਅੰਦਰੂਨੀ ਖਬਰ ਜਾਣਨਾ ਚਾਹੁੰਦਾ ਹੈ, ਪਰ ਬੀਜੇਪੀ ਕਿਤੇ ਨਜ਼ਰ ਨਹੀਂ ਆ ਰਹੀ ਸੀ। ਕਾਰਨ ਬਹੁਤ ਸਾਰੇ ਨੇ, ਜੋ ਨੀਤੀਆਂ ਨੇ, ਜੋ 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 ਰੂਲਸ ਬਣਾਏ ਗਏ ਨੇ ਜਾਂ ਜੋ ਕਾਨੂੰਨ ਲੈ ਕੇ ਆਏ ਗਏ ਨੇ, ਉਹਨਾਂ ਨੂੰ ਉਹਨਾਂ ਦੇ ਦੌਰਾਨ ਜੋ ਹੈ ਉਹ ਬੀਜੇਪੀ ਪੰਜਾਬ ਦੇ ਵਿੱਚ ਬੈਕਫੁੱਟ 'ਤੇ ਹੈ। ਸੋ ਕਿਤੇ ਨਾ ਕਿਤੇ ਇਹ ਕਲੇਸ਼ ਜਾਣਬੁੱਝ ਕੇ ਤਾਂ ਨਹੀਂ ਕੀਤਾ ਗਿਆ? ਦੇਖੋ ਇਹਦੇ ਵਿੱਚ ਬੀਜੇਪੀ ਹਾਈਕਮਾਨ ਦਾ ਹੱਥ ਨਹੀਂ ਹੋ ਸਕਦਾ, ਇਹਦਾ ਮੈਂ ਤੁਹਾਨੂੰ ਕਲੀਅਰ ਕਰਦਾ। ਜੇ ਬੀਜੇਪੀ ਹਾਈਕਮਾਨ ਦਾ ਹੱਥ ਹੁੰਦਾ ਤੇ ਉਹਨਾਂ ਨੇ ਵੱਡੇ ਲੀਡਰ ਚੁਣਨੇ ਸੀ ਇਹ ਬਿਆਨ ਦੇਣ ਲਈ, ਠੀਕ ਹੈ। ਇਹ ਬਿਆਨ ਜਿਹੜਾ ਫਿਰ ਜਿਹੜੇ ਬੰਦੇ ਪੰਜਾਬ ਦਾ ਪ੍ਰਧਾਨ ਹੈ ਉਹ ਕਿਤੇ ਦੇ ਦਿੰਦਾ, ਠੀਕ ਹੈ, ਉਸ ਤੋਂ ਨਹੀਂ ਦਵਾਉਂਦੇ ਤਾਂ ਮਨੋਰੰਜਨ ਘਾਲੀਆ ਵਰਗੇ ਤੋਂ ਦਵਾ ਦਿੰਦੇ, ਜਿਹੜੇ ਸੀਨੀਅਰ ਲੈ ਗਏ ਨੇ, ਕੈਬਨਿਟ ਮੰਤਰੀ ਰਹਿ ਚੁੱਕੇ ਨੇ, ਕਈ ਵਾਰੀ MLA ਰਹਿ ਚੁੱਕੇ ਨੇ, ਤਾਂ ਜਿਹੜੇ ਪਾਰਟੀ ਦੇ ਲਈ ਵਾਰ ਵਾਰ ਬੋਲਦੇ ਨੇ, ਠੀਕ ਹੈ, ਉਹਨਾਂ ਤੋਂ ਬਿਆਨ ਦਵਾਇਆ ਜਾ ਸਕਦਾ ਸੀ, ਅਨਿਲ ਜੋਸ਼ੀ ਵਰਗੇ ਇੱਕ ਲੀਡਰ ਨੇ ਦਿੱਤਾ। ਇਹਦੇ ਕਰਕੇ ਇਹ ਹੋ ਸਕਦਾ ਕਿ ਅੰਦਰ ਖਾਤੇ ਕੁਛ MLA ਜਿਹੜੇ ਆ ਉਹਨਾਂ ਦਾ ਆਪਸ 'ਚ ਵਿਚਾਰ ਹੋਇਆ ਹੋਵੇ ਕਿ ਇੱਦਾਂ ਦਾ ਬਿਆਨ ਅਸੀਂ ਦੇ ਕੇ ਘੱਟੋ ਘੱਟ ਥੋੜੀ ਗਰਾਊਂਡ ਗੇਨ ਕਰੀਏ, ਅਸੀਂ ਕਿਤੇ ਨਿਕਲਣ ਜੋਗੇ ਰਹੀਏ, ਪਰਸਨਲ ਲੈਵਲ ਤੇ ਅਸੀਂ ਆਪਣਾ ਸਿਆਸੀ ਭਵਿੱਖ ਬਚਾ ਲਈਏ। ਇਹ ਸਿਆਸੀ ਭਵਿੱਖ ਬਚਾਉਣ ਲਈ ਹੀ ਬਿਆਨ ਦਿੱਤੇ ਜਾ ਰਹੇ, ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਦੂਜੇ ਪਾਸੇ ਹਰਜੀਤ ਗਰੇਵਾਲ ਇਸ ਨੂੰ ਕਾਊਂਟਰ ਕਰ ਰਹੇ ਨੇ ਕਿ ਹਾਈਕਮਾਨ ਤੱਕ ਉਹ ਆਪਣੀ ਇੰਪੋਰਟੈਂਸ ਉਹਨਾਂ ਨੂੰ ਦਿਖਾ ਸਕਣ ਕਿ ਉਹ ਪੰਜਾਬ ਬੀਜੇਪੀ ਦੇ ਵਿੱਚ ਕਿੰਨਾ ਜ਼ਿਆਦਾ ਰੋਲ ਨਿਭਾ ਰਹੇ ਨੇ। ਬਿਲਕੁਲ ਇਹੀ ਗੱਲ ਹੈਗੀ ਆ, ਹਰਜੀਤ ਗਰੇਵਾਲ ਹੈ, ਉਹਨਾਂ ਨੇ ਆਪਣੀ ਪੋਜੀਸ਼ਨ ਬਣਾਉਣੀ ਹੈ, ਉਹਨਾਂ ਨੇ ਮੌਕਾ ਦੇਖਿਆ, ਕੈਸ਼ ਕੀਤਾ, ਹੋਰ ਕੋਈ ਮੁੱਦਾ ਹੈ ਨਹੀਂ, ਠੀਕ ਹੈ। ਕਿਸਾਨਾਂ ਦੇ ਮੁੱਦੇ ਤੇ ਤੁਸੀਂ ਤਾਂ ਬੋਲ ਨਹੀਂ ਸਕਦੇ, ਉਹਨਾਂ ਦੇ ਹੱਕ ਦੇ ਵਿੱਚ ਨਹੀਂ ਬੋਲ ਸਕਦੇ, ਉਹਨਾਂ ਦੇ ਵਿਰੋਧ 'ਚ ਵੀ ਨਹੀਂ ਬੋਲ ਸਕਦੇ, ਹੈ ਨਾ। ਜੇ ਹੱਕ 'ਚ ਬੋਲਣ ਤਾਂ ਹਾਈਕਮਾਨ ਨੇ ਰੌਲਾ ਪਾਉਣਾ ਜਿਹੜਾ ਹੁਣ ਪੈ ਹੀ ਰਿਹਾ ਹੈਗਾ ਵਾ, ਤੇ ਜੇ ਉਹਨਾਂ ਦੇ ਪੱਖ ਦੇ ਵਿੱਚ ਬੋਲਣ, ਉਹਨਾਂ ਦੇ ਉਲਟ ਬੋਲਣ, ਫਿਰ ਕਿਸਾਨਾਂ ਨੇ ਉਹਨਾਂ ਕਹਿਣਾ ਆ ਜਾ ਹੁਣ ਤੂੰ ਆ ਜਾ, ਆਪਾਂ ਪਹਿਲੇ ਤੈਨੂੰ ਹੀ ਨਿਬੜੀਏ, ਠੀਕ ਹੈ ਨਾ। ਬਾਹਰ ਤਾਂ ਨਿਕਲ ਨਹੀਂ ਸਕਦੇ ਕਿਤੇ, ਤੁਹਾਨੂੰ ਪਤਾ ਹੀ ਹੈ ਕੀ ਹੋਇਆ ਹੈਗਾ ਅੱਗੇ, ਜਿਹੜਾ MLA ਹੈਗਾ ਵਾ ਅਰੁਣ, ਉਹਨਾਂ ਕੀ ਹੋਇਆ ਹੈਗਾ, ਹੈ ਨਾ। ਤਾਂ ਇਸ ਕਰਕੇ ਬਹੁਤ ਡਰ ਗਏ ਨੇ ਅੰਦਰੋਂ ਦੀ, ਇਸ ਕਰਕੇ ਥੋੜਾ ਜਿਹਾ ਧਰਾਤਲ, ਆਪਣਾ ਸਿਆਸੀ ਧਰਾਤਲ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਫਿਲਹਾਲ ਬਹੁਤ ਕੁਛ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਕੁਛ ਹੋਏਗਾ, ਇਸ ਦੇ ਪੂਰੇ ਪੂਰੇ ਅਸਾਰ ਨੇ। ਟੀਚਰਸ ਦੀ ਗੱਲ ਸੁਨੀਲ ਅਸੀਂ ਕਰ ਲੈਂਦੇ ਹਾਂ। ਟੀਚਰਸ ਕੱਲ੍ਹ ਤੋਂ ਮੋਹਾਲੀ ਦੇ ਵਿੱਚ ਡਟ ਗਏ ਨੇ, ਪ੍ਰਦਰਸ਼ਨ ਕਰ ਰਹੇ ਨੇ ਕੈਪਟਨ ਸਰਕਾਰ ਖਿਲਾਫ, ਟੈਂਟ ਵੀ ਉੱਥੇ ਲੱਗ ਚੁੱਕੇ ਨੇ ਕਿ ਅਸੀਂ ਤਾਂ ਹੁਣ ਆਪਣੀ ਮੰਗਾਂ ਮਨਵਾਏ ਬਿਨਾਂ ਇੱਥੋਂ ਨਹੀਂ ਜਾਵਾਂਗੇ। ਕੁਛ ਟੀਚਰਸ ਪੈਟਰੋਲ ਦੀ ਕੈਨੀਆਂ ਲੈ ਕੇ PSEB ਦੀ ਬਿਲਡਿੰਗ 'ਤੇ ਚੜ ਗਏ। ਇੱਕ ਮਹਿਲਾ ਟੀਚਰ ਨੇ ਸਲਫਾਸ ਖਾਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਿ ਫੋਟੇਜ਼ ਦੇ ਵਿੱਚ ਦਾਖਲ ਕਰਵਾਇਆ ਗਿਆ। ਅੱਜ ਸਿੱਖਿਆ ਸਕੱਤਰ ਦੇ ਨਾਲ ਇਹਨਾਂ ਟੀਚਰਸ ਦੀ ਮੀਟਿੰਗ ਹੋਈ ਹੈ। ਸਿੱਖਿਆ ਸਕੱਤਰ ਤੋਂ ਮੀਟਿੰਗ ਦੇ ਬਾਅਦ ਜਦੋਂ ਇਹ ਟੀਚਰਸ ਬਾਹਰ ਆਏ, ਮੀਡੀਆ ਨਾਲ ਗੱਲਬਾਤ ਕੀਤੀ, ਇਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਕਿਹਾ ਹੈ ਕਿ ਪੋਲਿਸੀ ਬਣਾਈ ਜਾ ਰਹੀ ਹੈ। ਪਰ ਸੁਨੀਲ, 4-4.5 ਸਾਲ ਦਾ ਵਕਤ ਬੀਤ ਚੁੱਕਿਆ ਹੈ, ਜਦੋਂ ਅਕਾਲੀ ਬੀਜੇਪੀ ਸਰਕਾਰ ਸੀ ਉਸ ਵਕਤ ਟੀਚਰਸ ਪ੍ਰਦਰਸ਼ਨ ਕਰ ਰਹੇ ਸੀ, ਕੈਪਟਨ ਸਾਹਿਬ ਵਿੱਚ ਜਾਂਦੇ ਸੀ, ਕਹਿੰਦੇ ਸੀ ਕਿ ਸਾਡੀ ਸਰਕਾਰ ਆਊਂਗੀ, ਅਸੀਂ ਸਭ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਗੇ। ਹੁਣ 4.5 ਸਾਲ ਬੀਤ ਗਏ ਨੇ, ਟੀਚਰਸ ਪ੍ਰਦਰਸ਼ਨ ਕਰ ਰਹੇ ਨੇ, ਡੰਡੇ ਖਾ ਰਹੇ ਨੇ, ਹੁਣ ਮੀਟਿੰਗ ਜਦੋਂ ਸਿਰ 'ਤੇ ਆਈ ਹੈ, ਮੀਟਿੰਗ ਹੋ ਰਹੀ ਹੈ, ਤਾਂ ਇਹਨਾਂ ਨੂੰ ਜਵਾਬ ਦਿੱਤਾ ਜਾ ਰਿਹਾ ਕਿ ਪੋਲਿਸੀ ਬਣਾਈ ਜਾ ਰਹੀ ਹੈ, ਪੋਲਿਸੀ ਕਦੋਂ ਬਣੂਗੀ? ਬਿਲਕੁਲ ਝੂਠ ਮਾਰਿਆ ਜਾ ਰਿਹਾ ਹੈਗਾ ਵੈ, ਕੋਈ ਪੋਲਿਸੀ ਨਹੀਂ ਬਣ ਰਹੀ ਹੈਗੀ ਹੈ। ਪੂਰਾ ਕੈਪਟਨ ਸਾਹਿਬ ਪੂਰੇ ਕੌਨਫੀਡੈਂਟ ਨੇ ਇਸ ਵਕਤ ਕਿ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਪੋਜੀਸ਼ਨ ਨਹੀਂ ਹੈਗੀ ਹੈ, ਠੀਕ ਹੈ, ਅਤੇ ਕੋਈ ਉਹਨਾਂ ਦੇ ਵਿਰੋਧ 'ਚ ਹੈ ਨਹੀਂ ਹੈਗਾ, ਵੋਟਾਂ ਵੱਟੀਆਂ ਹੋਈਆਂ ਸਾਰੀਆਂ, ਹੈ ਨਾ। ਅਕਾਲੀ BSP ਜਿਹੜੇ ਇਕੱਠੇ ਹੋ ਕੇ ਵੀ ਉਹਨਾਂ ਦੀ ਜਿਹੜੀ ਵੋਟ ਪਰਸੈਂਟੇਜ ਬਣਦੀ ਨਹੀਂ ਪਈ, ਬੇਸ ਵੋਟ ਜਿਹੜੀ ਜੁੜ ਕੇ ਵੀ ਜਿਹੜੀਆਂ ਨਹੀਂ, ਕੁਛ ਸੀਟਾਂ ਦਾ ਫਰਕ ਜ਼ਰੂਰ ਪਊਗਾ ਖੈਰ। ਅਤੇ ਆਮ ਆਦਮੀ ਪਾਰਟੀ ਦਾ ਵੀ ਹਜੇ ਧਰਾਤਲ ਕੋਈ ਵਧੀਆ ਨਹੀਂ, ਖਾਸ ਕਰ ਹੁਣ 3 MLA ਉਹਨਾਂ ਨੇ ਖਿੱਚ ਲਏ ਆ, ਉਹਨਾਂ ਨਾਲ ਉਹਨਾਂ ਨੂੰ ਹੋਰ ਕੌਨਫੀਡੈਂਸ ਆ ਗਿਆ, ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੀ ਕੀ ਸਟ੍ਰੈਟਜੀ ਹੈਗੀ ਹੈ ਨਾ। ਬੜੀਆਂ ਚੀਜ਼ਾਂ ਉਹਨਾਂ ਨੂੰ ਅੰਦਰੂਨੀ ਪਤਾ ਲੱਗ ਗਈਆਂ, ਜਿਹੜੀ ਕਿ ਇਸ ਵਕਤ ਨੰਬਰ 2 ਦੀ ਪਾਰਟੀ ਹੈਗੀ ਹੈ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ। ਉਹਨਾਂ ਨੂੰ ਉਹਦਾ ਪਤਾ ਲੱਗ ਗਿਆ ਭੇਦ, ਠੀਕ ਹੈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਅਸੀਂ ਰੇਸ ਦੇ ਵਿੱਚ ਕਾਫੀ ਅੱਗੇ ਹਾਂ, ਉਹ ਕਿਸੇ ਦੀ ਪਰਵਾਹ ਹੀ ਨਹੀਂ ਹੈਗੀ, ਉਹਨਾਂ ਨੂੰ ਪਹਿਲੇ ਵੀ ਕਿਸੇ ਦੀ ਪਰਵਾਹ ਹੈ ਨਹੀਂ ਸੀਗੀ। ਜਿਹੜੇ ਆਪਣੇ ਵਿਧਾਇਕਾਂ ਮੰਤਰੀਆਂ ਨੂੰ ਨਹੀਂ ਮਿਲਦੇ, ਉਹਨਾਂ ਨੇ ਟੀਚਰਾਂ ਨੂੰ ਕਿੱਥੋਂ ਮਿਲਣਾ? ਇਹਨਾਂ ਨੂੰ ਵਾਰ ਵਾਰ ਜਿਹੜਾ ਦੇਖੋ
ਪ੍ਰੋਮਿਸ ਕੀਤਾ ਤੁਸੀਂ ਉਹਨਾਂ ਨੂੰ ਕਿ ਆਉਂਦਾ ਹੀ ਮੈਂ ਤੁਹਾਨੂੰ ਜਿਹੜਾ ਪੱਕਾ ਕਰ ਦਿਆਂਗਾ ਹੈ ਨਾ, ਉਹਨਾਂ ਨੂੰ ਵਾਅਦੇ ਕੀਤੇ ਹੋਏ ਆ, ਤੁਸੀਂ ਮੈਨੀਫੈਸਟੋ ਲਿਖ ਕੇ ਦਿੱਤੇ ਹੋਏ ਹੈਗੇ ਆ, ਤੇ ਉਸ ਤੋਂ ਬਾਅਦ ਜਿਹੜਾ ਉਹ ਵਿਚਾਰੇ ਰੁਲੇ ਪਏ ਨੇ। ਜਿਹੜਾ ਦੇਸ਼ ਦਾ ਭਵਿੱਖ ਹੈ ਉਹ ਯੂਥ ਹੈ, ਠੀਕ ਹੈ, ਜਾਂ ਬੱਚੇ ਨੇ, ਉਹਨਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਅਧਿਆਪਕਾਂ ਦੀ ਨਹੀਂ। ਉਹ ਸੜਕਾਂ ਤੇ ਰੁਲਦੇ ਫਿਰਦੇ ਨੇ, ਡੰਡੇ ਖਾਂਦੇ ਪਾਣੀ ਦੀਆਂ ਪਛਾੜਾਂ ਸਹਿੰਦੇ ਪਏ ਨੇ, ਠੀਕ ਹੈ, ਉਹਨਾਂ ਨੂੰ ਤੁਸੀਂ ਉਹਨਾਂ ਦੀਆਂ ਪੱਗਾਂ ਰੋਲਤੀਆਂ ਹੈਗੀਆਂ ਤਾਂ ਚੁੰਨੀਆਂ ਖਿੱਚਦੀਆਂ ਉਹਨਾਂ ਦੀਆਂ, ਤੁਸੀਂ ਉਹਨਾਂ ਦੇ ਤੁਸੀਂ ਆਹ ਹਾਲ ਕੀਤੇ, ਉਹਨਾਂ ਚ ਫਰਸਟ੍ਰੇਸ਼ਨ ਇਸ ਟਾਈਮ ਜਿਹੜੀ ਟੌਪ ਤੇ ਹੈਗੀ। ਬਿਲਕੁਲ। ਤੇ ਉਹ ਵਿਚਾਰੇ ਕੀ ਕਰਨਗੇ, ਉਹ ਸਰਫਾਜ਼ ਹੀ ਖਾਣਗੇ। ਏਦਾਂ ਦੀ ਅੱਗੇ ਵੀ ਆਪਾਂ ਘਟਨਾਵਾਂ ਦੇਖੀਆਂ ਹੈਗੀਆਂ, ਜਿਹੜਾ ਟੀਚਰਾਂ ਨੇ ਟੈਂਕੀਆਂ ਚੜ੍ਹ ਕੇ ਅੱਗ ਲਈ, ਨਹਿਰਾਂ ਚ ਛਾਲ ਮਾਰ ਦਿੱਤੀਆਂ। ਬਿਲਕੁਲ। ਤੇ ਇਸ ਕਰਕੇ ਮੈਂ ਸਮਝਦਾ ਇਹ ਸਹੀ ਸਮਾਂ ਹੈਗਾ, ਏਦਾਂ ਦੀਆਂ ਗੋਲੀਆਂ ਮਿੱਠੀਆਂ ਨਾ ਦੇਣ ਉਹਨਾਂ ਨੂੰ, ਤੁਰੰਤ ਕੋਈ ਪਾਲਿਸੀ ਬਣਾਉਣ ਤੇ ਤੁਰੰਤ ਉਹਨਾਂ ਨੂੰ ਡੇਟ ਦੇਣ ਕਿ ਅਸੀਂ ਜਿਹੜਾ ਇਸ ਇੱਕ ਮਹੀਨੇ ਦੇ ਵਿੱਚ ਇਹਦਾ ਹੱਲ ਕੱਢਾਂਗੇ। ਦੇਖੋ ਸਰਕਾਰੀ ਨੌਕਰੀਆਂ ਦੀ ਬਜਾਏ ਏਡਿਡ ਪੋਸਟਾਂ ਲਿੱਤੀਆਂ ਹੋਈਆਂ ਹੈ ਨਾ, ਉਹਨਾਂ ਨੂੰ ਕੋਈ ਫੈਸਿਲਿਟੀਆਂ ਨਹੀਂ ਹੈਗੀਆਂ। ਤੁਸੀਂ ਸਰਕਾਰੀ ਟੀਚਰ ਰੱਖਣੇ ਨੇ, ਤੁਹਾਨੂੰ ਪਤਾ ਤੁਹਾਨੂੰ ਲੋੜ ਹੈਗੀ ਹੈ, ਤੁਸੀਂ ਇਹ ਬੰਦੇ ਕਿੰਨੇ ਕੁ ਨੇ? ਕੁਛ ਹੀ ਨੇ, 4,500 ਬੰਦਾ ਹੈਗਾ, ਠੀਕ ਹੈ ਜੀ, ਐਡਿਟ ਮਿਲਾ ਲਓ 8,000 ਬੰਦਾ ਹੈਗਾ, ਉਹ 8,000 ਬੰਦੇ ਨੂੰ ਤੁਸੀਂ ਕੰਪਨਸੇਟ ਕਰਨਾ ਹੈਗਾ, ਤਾਂ ਇੱਕ ਮੈਸੇਜ ਜਿਹੜਾ ਉਹ ਬੰਦਿਆਂ ਦੇ ਥਰੂ ਟਰੈਵਲ ਹੋਣਾ ਟੀਚਰਾਂ ਨੂੰ ਕਰ ਲਿਆ। ਬਿਲਕੁਲ। ਦੇਖੋ ਸਿੱਖਿਆ ਤੇ ਜਿਹੜੀ ਸਿਹਤ ਹੈ, ਇਹ ਦੋ ਮੇਨ ਚੀਜ਼ਾਂ ਨੇ। ਤੁਸੀਂ ਇਸ ਵਕਤ ਇਸ ਤਰੀਕੇ ਦੇ ਹਾਲਾਤ ਸਾਹਮਣੇ ਆ ਰਹੇ ਨੇ, ਜਦਕਿ ਪੰਜਾਬ ਦੇ ਸਕੂਲਾਂ ਨੂੰ ਆਲ ਓਵਰ ਇੰਡੀਆ ਫਸਟ ਗ੍ਰੇਡਿੰਗ ਮਿਲੀ ਹੈ। ਦੇਖੋ ਜੀ, ਉਹ ਫਸਟ ਗ੍ਰੇਡਿੰਗ ਦੇ ਤਾਂ ਮੈਂ ਹੁਣ ਇੱਥੇ ਕੁਛ ਕਹਿਣਾ ਨਹੀਂ ਚਾਹੁੰਦਾ ਹੈਗਾ ਕਿ ਉਹ ਕਿੱਦਾਂ ਮਿਲ ਗਈ ਹੈਗੀ, ਜਦ ਕੋਈ ਇਮਤਿਹਾਨ ਨਹੀਂ ਹੋਏ, ਠੀਕ ਹੈ, ਉਹ ਕਿਹੜੀ ਗ੍ਰੇਡਿੰਗ ਹੈਗੀ ਆ, ਇਹਨਾਂ ਨੂੰ ਦਿੱਤੀ ਗਈ ਹੈਗੀ ਆ, ਉਹਦੇ ਪਿੱਛੇ ਕੀ ਕਾਰਨ ਨੇ, ਉਹਦੇ ਸਮੀਕਰਨ ਕੀ ਸੀਗੇ, ਕਿਹੜੇ ਪੈਮਾਨੇ ਸੀਗੇ ਅਲੱਗ ਅਲੱਗ, ਕਿਹਨਾਂ ਤੇ ਉਹ ਕਿਹੜੇ ਸਕੇਲ ਸੀਗੇ ਜਿਹਨਾਂ ਤੇ ਉਹਨਾਂ ਨੂੰ ਤੋਲਿਆ ਗਿਆ ਹੈਗਾ, ਹੈ ਨਾ। ਤਾਂ ਇਸ ਕਰਕੇ ਮੈਂ ਸਮਝਦਾ ਉਹਦਾ ਜ਼ਿਆਦਾ ਫਰਕ ਦਿੱਲੀ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ, ਕਿਉਂਕਿ ਆਮ ਆਦਮੀ ਪਾਰਟੀ ਉੱਥੇ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਆ। ਸਿੱਖਿਆ ਮਾਡਲ ਦੀ ਗੱਲ ਕਰਦੇ ਹਾਂ, ਆਪਾਂ ਪੰਜਾਬ ਦਾ ਦੇਖ ਸਿੱਖਿਆ ਸਿਹਤ ਦਾ ਮਾਡਲ ਦੇਖੀਏ ਜੀ, ਕੈਪਟਨ ਸਾਹਿਬ ਜਿਹੜੇ ਸਟੈਪ ਵਧੀਆ ਲੈ ਰਹੇ ਨੇ, ਉਹ ਸਟੈਪ ਕਿਹਨੂੰ ਫੋਲੋ ਕਰ ਰਹੇ ਨੇ? ਆਮ ਆਦਮੀ ਪਾਰਟੀ ਨੂੰ ਫੋਲੋ ਕਰ ਰਹੇ ਨੇ, ਠੀਕ ਹੈ ਨਾ, ਕਿਉਂਕਿ ਉੱਥੇ ਉਹਨਾਂ ਨੇ ਵਧੀਆ ਕੰਮ ਕੀਤਾ ਹੈਗਾ ਵਾ। ਹੁਣ ਜੇ ਅਸੀਂ ਉਹਨਾਂ ਦੇ ਸਟੈਪ ਫੋਲੋ ਕਰਦੇ ਹਾਂ, ਅਸੀਂ ਨਹੀਂ ਉਹ ਸਟੈਪ ਆਪ ਪਹਿਲੇ ਲਿੱਤੇ, ਉਹਨਾਂ ਦੇ ਪੈਰਾਂ ਤੇ ਆਪਾਂ ਚੱਲਦੇ ਪਏ, ਉਸ ਤੋਂ ਬਾਅਦ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ, ਠੀਕ ਹੈ। ਇਸ ਕਰਕੇ ਮੈਂ ਨਹੀਂ ਸਮਝਦਾ ਕਿ ਆ ਜਿਹੜੀ ਪਾਲਿਸੀ ਦੇ ਕਰਕੇ ਕੋਈ ਨੰਬਰ ਇੱਕ ਤੇ ਆਏ ਹੈਗੇ। ਪਰ ਸਵਾਲ ਇਸ ਕਰਕੇ ਖੜਾ ਹੁੰਦਾ ਹੈ ਕਿ ਇੱਕ ਪਾਸੇ ਪੰਜਾਬ ਦੇ ਸਕੂਲਾਂ ਨੂੰ ਨੰਬਰ 1 ਗ੍ਰੇਡਿੰਗ ਮਿਲ ਰਹੀ ਤੇ ਦੂਜੇ ਪਾਸੇ ਸਕੂਲਾਂ ਦੇ ਵਿੱਚ ਜੋ ਟੀਚਰਸ ਪੜ੍ਹਾਉਂਦੇ ਨੇ ਉਹ ਸੜਕਾਂ ਤੇ ਰੁਲ ਰਹੇ ਨੇ। ਬਿਲਕੁਲ। ਬਹੁਤ ਬਹੁਤ ਧੰਨਵਾਦ ਸੁਨੀਲ ਸਾਡੇ ਨਾਲ ਜੁੜਨ ਦੇ ਲਈ। ਸੋ ਸੀਨੀਅਰ ਜਰਨਲਿਸਟ ਸੁਨੀਲ ਰੁਦਰਾ ਸਾਡੇ ਨਾਲ ਜੁੜੇ ਹੋਏ ਸੀ, ਇਹਨਾਂ ਖ਼ਬਰਾਂ ਤੇ ਆਪਣਾ ਨਜ਼ਰੀਆ ਸਾਡੇ ਨਾਲ ਸਾਂਝਾ ਕਰ ਰਹੇ ਸੀ। ਇੱਕ ਵਾਰ ਫਿਰ ਤੁਹਾਨੂੰ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਸਾਡਾ ਪ੍ਰੋਗਰਾਮ ਪਸੰਦ ਕਰਦੇ ਹੋ, ਫੀਡਬੈਕ ਦੇ ਸਕਦੇ ਹੋ, ਰਾਏ ਦੇ ਸਕਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਡੇ ਤੱਕ ਪਹੁੰਚਾ ਸਕਦੇ ਹੋ। ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ, ਫੇਸਬੁੱਕ 'ਤੇ ਵੀ ਸਾਨੂੰ ਜ਼ਰੂਰ ਫੋਲੋ ਕਰੋ। ਧੰਨਵਾਦ।